ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਨੇ ਇਸ ਸਮੇਂ ਮੇਰੇ ਦੋਸਤ ਬਿਨੀਤ ਬਨਹੋਰੀ ਸਾਡਾ ਹਿਮਾਚਲ ਵੱਲ ਜਾਣ ਦਾ ਪ੍ਰੋਗਰਾਮ ਹੈ ਪਰ ਹਿਮਾਚਲ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਰੁਕਾਂਗੇ ਹਰਿਆਣੇ ਦੇ ਇੱਕ ਪਹਾੜੀ ਸਟੇਸ਼ਨ ਕਾਲਕਾ ਦੇ ਵਿੱਚ ਕਾਲਕਾ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਵਰਲਡ ਹੈਰੀਟੇਜ ਮੈਪ ਦੇ ਉੱਤੇ ਹੈ ਇਸ ਦੀ ਬੜੀ ਖੂਬਸੂਰਤੀ ਇਹ ਹੈ ਕਿ ਜਿਹੜੀ ਇੱਥੇ ਹੈ ਬਰੋਡ ਗੇਜ ਰੇਲਵੇ ਲਾਈਨ ਇੱਥੇ ਖਤਮ ਹੋ ਜਾਂਦੀ ਹੈ ਇੱਥੋਂ ਨੈਰੋ ਗੇਜ ਰੇਲਵੇ ਲਾਈਨ ਹੈ ਜਿਹੜੀ ਉਹ ਜਾਂਦੀ ਹੈ ਸ਼ਿਮਲਾ ਤੱਕ ਆਓ ਚੱਲਦੇ ਹਾਂ ਆਪਾਂ ਕਾਲਕਾ ਨੂੰ ਕਾਲਕਾ ਰੇਲਵੇ ਸਟੇਸ਼ਨ ਕਈ ਪੱਖਾਂ ਤੋਂ ਅਹਿਮ ਹੈ ਜਿੱਥੇ ਇਹ ਕਾਲਕਾ ਸ਼ਿਮਲਾ ਹੈਰੀਟੇਜ ਰੇਲਵੇ ਦਾ ਮੁੱਢਲਾ ਸਟੇਸ਼ਨ ਹੈ ਉੱਥੇ ਹੀ ਇਹ ਭਾਰਤ ਵਿੱਚ 121 ਸਾਲਾਂ ਤੋਂ ਚੱਲ ਰਹੀ ਕਾਲਕਾ ਮੇਲ ਦਾ ਅੰਤਿਮ ਪੜਾਅ ਹੈ ਸਮੁੰਦਰੀ ਤਲ ਤੋਂ 658 ਮੀਟਰ ਦੀ ਉਚਾਈ 'ਤੇ ਬਣਿਆ ਇਹ ਰੇਲਵੇ ਸਟੇਸ਼ਨ ਬਰਤਾਨਵੀ ਰਾਜ ਸਮੇਂ ਰਾਜਧਾਨੀ ਕਲਕੱਤਾ ਤੋਂ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਵਿਚਕਾਰ ਬਰਤਾਨਵੀ ਅਧਿਕਾਰੀਆਂ ਲਈ ਇੱਕ ਬੇਹੱਦ ਅਹਿਮ ਪੜਾਅ ਸੀ ਜਿੱਥੇ ਦਿੱਲੀ ਪਾਣੀਪਤ ਅੰਬਾਲਾ ਦਾ ਬਰੋਡ ਗੇਜ ਟਰੈਕ ਆ ਕੇ ਖਤਮ ਹੋ ਜਾਂਦਾ ਹੈ ਅਤੇ ਇੱਥੋਂ ਸ਼ਿਮਲਾ ਤੱਕ ਜਾਣ ਲਈ ਨੈਰੋ ਗੇਜ ਰੇਲਵੇ ਲਾਈਨ 'ਤੇ ਸਫ਼ਰ ਸ਼ੁਰੂ ਕਰਨਾ ਹੁੰਦਾ ਹੈ ਲਓ ਜੀ ਦੋਸਤੋ ਅਸੀਂ ਪਹੁੰਚ ਗਏ ਕਾਲਕਾ ਦਾਖਲ ਹੋ ਰਹੇ ਹਾਂ ਰੇਲਵੇ ਸਟੇਸ਼ਨ ਦੇ ਅੰਦਰ ਬਰਤਾਨਵੀ ਰਾਜ ਸਮੇਂ ਭਾਰਤ ਵਿੱਚ ਹਾਵੜਾ ਅਤੇ ਕਾਲਕਾ ਸਿਰਫ ਦੋ ਅਜਿਹੇ ਰੇਲਵੇ ਸਟੇਸ਼ਨ ਸਨ ਜਿੱਥੇ ਪਲੇਟਫਾਰਮ ਦੇ ਨਾਲ ਨਾਲ ਕੈਰੇਜਵੇ ਬਣੇ ਹੋਏ ਸਨ ਗੱਡੀ ਬਦਲਣ ਸਮੇਂ ਕੈਰੇਜਵੇ ਰਾਹੀਂ ਵਾਇਸਰਾਏ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਵਾਹਨਾਂ ਰਾਹੀਂ ਸਿੱਧਾ ਉਹਨਾਂ ਦੇ ਕੋਚ ਤੱਕ ਪਹੁੰਚਾਇਆ ਜਾਂਦਾ ਸੀ ਹਾਵੜਾ ਵਿੱਚ ਪਲੇਟਫਾਰਮ ਨੰਬਰ 8 ਅਤੇ 9 ਵਿਚਕਾਰ ਕੈਰੇਜਵੇ ਅਜੇ ਵੀ ਮੌਜੂਦ ਹੈ ਪਰ ਕਾਲਕਾ ਵਿੱਚ ਇਸ ਦੀ ਜਗ੍ਹਾ ਪਲੇਟਫਾਰਮ ਬਣਾ ਦਿੱਤਾ ਗਿਆ ਹੈ ਇਹ ਹੈ ਜੀ ਕਾਲਕਾ ਦਾ ਰੇਲਵੇ ਸਟੇਸ਼ਨ ਦਿੱਲੀ ਅਤੇ ਕਾਲਕਾ ਵਿਚਕਾਰ ਬ੍ਰਾਡਗੇਜ ਲਾਈਨ ਦਾ ਕੰਮ 1891 ਵਿੱਚ ਪੂਰਾ ਹੋਇਆ ਸੀ ਅਤੇ ਉਸੇ ਸਾਲ ਇਹ ਸਟੇਸ਼ਨ ਬਣਾਇਆ ਗਿਆ ਸੀ 1903 ਵਿੱਚ ਇੱਥੋਂ ਸ਼ਿਮਲਾ ਜਾਣ ਲਈ 2 ਫੁੱਟੀ ਨੈਰੋ ਗੇਜ ਰੇਲਵੇ ਦਾ ਕੰਮ ਪੂਰਾ ਹੋਇਆ ਪਰ 1905 ਵਿੱਚ ਇਸ ਨੂੰ 2.5 ਫੁੱਟੇ ਚੌੜੇ ਟਰੈਕ ਵਿੱਚ ਬਦਲ ਦਿੱਤਾ ਗਿਆ ਸੀ ਇਹਨੂੰ ਕਹਿੰਦੇ ਨੇ ਜੀ ਕੈਰੇਜ ਐਂਡ ਵੈਗਨ ਵਟਕਾ ਨੈਰੋ ਗੇਜ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਟ੍ਰੇਨ ਜਿਹੜੀ ਕਿ ਸ਼ਿਮਲਾ ਜਾਣ ਵਾਸਤੇ ਤਿਆਰ ਖੜੀ ਹੈ ਸ਼ਿਮਲਾ ਜਾ ਰਹੀ ਇਸ ਖੂਬਸੂਰਤ ਟ੍ਰੇਨ ਨੂੰ ਦੇਖਦਿਆਂ ਹੋਏ ਆਓ ਇਤਿਹਾਸ ਦੇ ਪੰਨੇ ਪਲਟੀਏ ਪਿਛਲੇ ਸਾਲ ਇੱਥੇ ਪੁੱਜਣ ਵਾਲੀ ਕਾਲਕਾ ਮੇਲ ਦਾ ਨਾਂ ਨੇਤਾ ਜੀ ਐਕਸਪ੍ਰੈਸ ਰੱਖ ਦਿੱਤਾ ਗਿਆ ਸੀ ਕਿਉਂਕਿ 81 ਸਾਲ ਪਹਿਲਾਂ 1941 ਵਿੱਚ ਬਰਤਾਨਵੀ ਰਾਜ ਦੀ ਕੈਦ ਵਿੱਚੋਂ ਨਿਕਲਣ ਸਮੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਾਲਕਾ ਮੇਲ ਨੂੰ ਇਸਤੇਮਾਲ ਕੀਤਾ ਸੀ ਗੁਮੋਹ ਤੋਂ ਉਹਨਾਂ ਨੇ ਇਹ ਗੱਡੀ ਫੜੀ ਅਤੇ ਮੁੜ ਕਦੇ ਵੀ ਉਹ ਅੰਗਰੇਜ਼ਾਂ ਦੇ ਹੱਥ ਨਾ ਆਏ ਯਾਤਰੀ ਆਪਣੀ ਯਾਤਰਾ ਨੂੰ ਹੋਰ ਆਨੰਦਮਈ ਬਣਾਉਂਦੇ ਨੇ ਕਿ ਇਸ ਗੱਡੀ ਦੇ ਨਾਲ ਜਦੋਂ ਤਸਵੀਰਾਂ ਖਿਚਵਾਉਂਦੇ ਨੇ ਇਹ ਛੋਟੀ ਲਾਈਨ ਹੈ ਜੀ ਜਿਹੜੀ ਕਾਲਕਾ ਤੋਂ ਸ਼ਿਮਲਾ ਵੱਲ ਨੂੰ ਜਾਂਦੀ ਹੈ ਇਸ ਨੂੰ ਨੈਰੋ ਗੇਜ ਕਹਿੰਦੇ ਨੇ ਪਹਿਲਾਂ ਇਹ 2 ਫੁੱਟ ਦੀ ਚੌੜਾਈ ਸੀ ਇਸ ਦੀ ਬਾਅਦ ਦੇ ਵਿੱਚ ਇਸ ਨੂੰ 2.5 ਫੁੱਟ ਕਰ ਦਿੱਤਾ ਗਿਆ ਸੀ ਇੱਕ ਗੱਡੀ ਦੇ ਹੋਰ ਦੇ ਡੱਬੇ ਨੇ ਕਾਲਕਾ ਤੋਂ ਸ਼ਿਮਲਾ ਤੱਕ ਜਿਹੜੀ ਗੱਡੀ ਜਾਂਦੀ ਆ ਉਸ 'ਤੇ ਇਹ ਸਾਹਮਣੇ ਗੱਡੀ ਤਾਂ ਜਾਣ ਨੂੰ ਤਿਆਰ ਹੈ 5 ਘੰਟੇ ਦੇ ਕਰੀਬ ਸਮਾਂ ਰਹਿੰਦੀ ਹੈ ਸ਼ਿਮਲਾ ਪਹੁੰਚਣ ਦਾ ਇੱਥੋਂ ਲਓ ਜੀ ਇਹ ਗੱਡੀ ਤਿਆਰ ਹੈ ਸ਼ਿਮਲਾ ਜਾਣ ਵਾਸਤੇ ਇਹ ਇਸਦਾ ਪਾਵਰ ਹੈ ਇਸਦੀ ਜਿਹਨੂੰ ਅਸੀਂ ਆਮ ਭਾਸ਼ਾ ਵਿੱਚ ਇੰਜਣ ਕਹਿੰਦੇ ਹਾਂ ਰੇਲਵੇ ਵਾਲੇ ਇਸ ਨੂੰ ਪਾਵਰ ਕਹਿੰਦੇ ਨੇ ਅਤੇ ਇਹ ਦੂਰ ਤੱਕ ਤੁਸੀਂ ਗੱਡੀ ਦੇਖ ਸਕਦੇ ਹੋ ਬੜੇ ਖੂਬਸੂਰਤ ਡਿੱਬੇ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਪਹਾੜੀ ਯਾਤਰਾ ਦਾ ਸਾਰੀਦਾਰ ਲੋਕ ਆਨੰਦ ਲੈਂਦੇ ਨੇ ਲਓ ਤੁਹਾਨੂੰ ਅੰਦਰਲੀ ਝਲਕ ਵੀ ਦਿਖਾ ਦਿੰਦੇ ਹਾਂ ਡੱਬਿਆਂ ਦੀ ਕਿਸ ਤਰੀਕੇ ਦੀ ਹੈ ਇਹ ਡੱਬੇ ਨੇ ਜੀ ਛੋਟੇ ਨੇ ਡੱਬਿਆਂ ਦਾ ਆਕਾਰ ਪਰ ਯਾਤਰੀਆਂ ਦੇ ਆਰਾਮ ਦੇ ਸਫ਼ਰ ਨੂੰ ਹੋਰ ਆਰਾਮਦਾਇਕ ਬਣਾਉਂਦੀ ਹੈ ਇਹ
देखने वाली गल है कि गड्डी दे शीशे ने दूजी आम गड्डी दे डब्बे नालों वड्डे शीशे ने ताकि यात्री जिहड़ा है वह आले दुआले दा जिहड़ा पहाड़ी इलाका है उसका पूरा आनंद लै सकन। ये ट्रेन का फस्ट क्लास कोच है जी, तो अंदरों भी दिखाने भी किस तरीके का फस्ट क्लास कोच ने, बाकी जो कोच ने दूजे ने सधारण कोच ने, ये फस्ट क्लास कोच है। ये सीटा जड़िया ने दूजिया के नालों ज़्यादा आरामदार ने, ये ज़्यादा आराम दे सीटा फस्ट क्लास कोच दी दूसरे नाल दो फस्ट क्लास कोच ने पूरी गड्डी दे विच। कालका तो शिमला विचकार करीब 96 किलोमीटर के सफ़र दौरान भी खूबसूरत रेलवे स्टेशन पेंदे हैं। गड्डी 103 सुरंगा विचों अते 969 पुलों उपरों लंघ के जाती है। 912 मोड़ सफर बेहद सुहावना बना देंगे। लो जी 12:10 हो चुके ने, गड्डी चल पई है शिमला वाले पासे। कालका शिमला ट्रेन जी जी कालका के स्टेशन तो रवाना हो चुकी है, शिमले रास्ते से पै चुकी है। समय दूर तुम गड्डी घूम रहे हुए देख सकते हो। इतों शिमला तक के रस्ते दौरान बड़ोग रेलवे स्टेशन तो बिल्कुल पहला इस रूट की सब तो लंबी सुरंग आती है, जो 1143.61 मीटर लंबी है। सब तो वड्डा पुल 60 फुट लंबा है और सब तो तिखा मोड़ 123 फुट के घुमाओ ते है। इस रूट से आम गड्डिया की रफ्तार 25 से 30 किलोमीटर प्रति घंटा है और रेल कार की रफ्तार 50 से 60 किलोमीटर प्रति घंटा होंगी है। ਕਿੱਦਾਂ ਲੱਗਿਆ ਜੀ ਕਾਲਕਾ ਦੇ ਰੇਲਵੇ ਸਟੇਸ਼ਨ? ਬਹੁਤ ਵਧੀਆ, ਕਮਾਲ ਦਾ ਜੀ। ਪਹਿਲੀ ਵਾਰੀ ਦੇਖਿਆ ਜੀ, ਫਸਟ ਟਾਈਮ ਮੈਂ ਆਇਆ, ਮੇਰੇ ਵਾਸਤੇ ਬਿਲਕੁਲ ਨਵੀਂ ਚੀਜ਼ ਸੀ। ਸਾਲ 2007 ਵਿੱਚ ਹਿਮਾਚਲ ਸਰਕਾਰ ਨੇ ਕਾਲਕਾ ਸ਼ਿਮਲਾ ਰੇਲਵੇ ਨੂੰ ਹੈਰੀਟੇਜ ਪ੍ਰਾਪਰਟੀ ਐਲਾਨਿਆ। ਉਸੇ ਸਾਲ ਯੂਨੈਸਕੋ ਦੀ ਟੀਮ ਨੇ ਇੱਥੇ ਦੌਰਾ ਕੀਤਾ। 8 ਜੁਲਾਈ 2008 ਨੂੰ ਇਸ ਨੂੰ ਮਾਊਂਟੇਨ ਰੇਲਵੇਜ਼ ਆਫ ਇੰਡੀਆ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕਰ ਦਿੱਤਾ ਗਿਆ। ਇਹੀ ਰੁਤਬਾ ਦਾਰਜੀਲਿੰਗ ਹਿਮਾਲੀਅਨ ਅਤੇ ਨੀਲਗਿਰੀ ਮਾਊਂਟੇਨ ਰੇਲਵੇਜ਼ ਨੂੰ ਦਿੱਤਾ ਗਿਆ। ਇਸ ਪਾਸੇ ਇੱਕ ਮੈਡੀਕਲ ਵੈਨ ਖੜ੍ਹੀ ਹੈ, ਕੋਈ ਐਕਸੀਡੈਂਟ ਦੇ ਹੋਣ ਦੇ ਟਾਈਮ ਦੇ ਵਿੱਚ ਜਿਹੜੀ ਗੱਡੀ ਹੈ ਇੱਥੋਂ ਜਾਂਦੀ ਹੈ ਸ਼ਿਮਲੇ ਤੱਕ, ਕਿਉਂਕਿ ਇੱਥੇ ਇਹਨਾਂ ਦਾ ਯਾਰਡ ਹੈ। ਇਹ ਰਿਲੀਫ ਟ੍ਰੇਨ ਦੀ ਹੈ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਸਾਰੀ ਰਿਲੀਫ ਟ੍ਰੇਨ ਹੈ। ਇਹ ਵੀ ਤੁਹਾਨੂੰ ਕਾਲਕਾ ਰੇਲਵੇ ਸਟੇਸ਼ਨ 'ਤੇ ਖੜ੍ਹੀ ਹੋਈ ਦੇਖਣ ਨੂੰ ਮਿਲ ਜਾਂਦੀ ਹੈ। ਦੋਸਤੋ, ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹ ਜਿਹੜੀ ਨੈਰੋ ਗੇਜ ਹੈ ਉਸ ਦੇ ਉੱਤੇ ਚੱਲਣ ਵਾਲਾ ਇੱਕੋ ਇੱਕ ਡੱਬਾ ਜਿਹਨੂੰ ਝਰੋਖਾ ਕਹਿੰਦੇ ਨੇ, ਇਹ 6 ਬੰਦਿਆਂ ਦੇ ਵਾਸਤੇ ਹੁੰਦਾ। ਸਪੈਸ਼ਲੀ ਇਸ ਨੂੰ ਬੁੱਕ ਕੀਤਾ ਜਾਂਦਾ ਅਤੇ ਫਿਰ ਇਸ ਨੂੰ ਜਿਹੜੀ ਗੱਡੀ ਕੋਈ ਵੀ ਉੱਧਰ ਨੂੰ ਜਾਂਦੀ ਹੋਏਗੀ ਉਸ ਦੇ ਨਾਲ ਜੋੜ ਦਿੱਤਾ ਜਾਂਦਾ। ਇਹ ਪਰਿਵਾਰਕ ਮੈਂਬਰ, ਦੋਸਤ ਇਕੱਠੇ ਹੋ ਕੇ ਜਾਂ ਕੁਝ ਹੋਰ ਲੋਕ ਇਕੱਠੇ ਇਸ ਵਿੱਚ ਸਫ਼ਰ ਕਰ ਸਕਦੇ ਨੇ। 6 ਲੋਕਾਂ ਦੇ ਬੈਠਣ ਦੀ ਇਹਦੇ ਵਿੱਚ ਵਿਵਸਥਾ ਹੁੰਦੀ ਹੈ।
अज विश्व धरोहर का रुतबा प्राप्त कर चुकी कालका शिमला रेलवे लाइन ते सब तो पहला 2 फुट चौड़ाई वाली नैरो गेज रेलवे लाइन दिल्ली अंबाला कालका रेलवे कंपनी ने बिछाई सी। 29 जून 1898 कंपनी और सैकटरी ऑफ स्टेट विचकार हुए समझौते दौरान यह स्पष्ट किया गया सी कि सरकार सिर्फ मुफ्त जमीन देवेगी जबकि सारा खर्चा कंपनी करेगी। खर्चे का आरंभक अनुमान 86,78,500 रुपये सी जो लाइन के खुलने समय तक करीब दुगुना हो गया। सेना मुताबक यह लाइन 2.5 फुट चौड़ाई वाली होनी चाहिए सी। सरकार ने 1901 कंपनी नाल दोबारा समझौता किया। 1904 तक कंपनी इस ते 1,65,25,000 रुपये खर्च कर चुकी सी। फायदे का कोई नामो निशान नहीं सी। आखिर 1 जनवरी 1906 सरकार ने इस 1,71,07,748 रुपये में खरीद लिया। दोस्तों और तुम्हें दिखाने एक होर बड़ी जी पुरातन चीज़ हैरीटेज जिसकी वैल्यू है इस स्टेशन के उत्ते ने यह बफर्स इतने आके जी है गड्डी की टक्कर लगती है इतने इतने आके गड्डी रुकती है। ये जड़े बफर्स ने यह हाइड्रोलिक बफर्स ने यह 1927 इंग्लैंड के बनाए गए थे उतों ये भारत में लैके आते गए। ये तो सारा देख सकते हो इस कालका रेलवे स्टेशन के उस प्लेटफार्म के ने जिथे आके गड्डी जड़ी है दिल्ली तो आके लगती है। लो दोस्तों ये है कालका शिमला रेलवे का आरंभक बिंदु। इस दे बिल्कुल पिछे मेहराबदार पुल ते जा रही गड्डी की तस्वीर मल्लों मल्ली हर व्यक्ति नूं इस सफर ते जाण लई आकर्षित करती है। चंडीगढ़ तो इस स्टेशन की दूरी सड़क राही महज 29 किलोमीटर है। शिमला वर्गे पहाड़ी इलाके विच अगर घूमण जाना होवे तां इह यात्रा कालका शिमला रेलवे तो बिना अधूरी है। इस दा जरूर आनंद लेना चाहीदा है। इह दिल्ली तो जिहड़ी कालका नूं शताब्दी एक्सप्रैस आउंदी है इह ओह गड्डी खड़ी है। इह रेलवे स्टेशन दे उत्ते आ के ब्रॉडगेज दी लाइन के उत्ते दिल्ली तो कालका तक गड्डी पुजदी है। असल दे विच ब्रॉडगेज लाइन है जिहड़ी ओह इत्थे आ के खत्म हो जाती है। इस तों अगे जाती है जिहड़ी ਉਹ ਫਿਰ ਨੈਰੋਗੇਜ ਜਾਂਦੀ ਹੈ। ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਪਹਿਲਾਂ ਇਹ 2 ਫੁੱਟ ਦੀ ਸੀ ਨੈਰੋਗੇਜ ਦੀ ਲਾਈਨ ਸੀ ਹੁਣ ਇਹ ਜਿਹੜੀ ਹੈ 2.5 ਫੁੱਟ ਦੀ ਹੋ ਚੁੱਕੀ ਹੈ। ਇਹ ਕਾਲਕਾ ਐਕਸਪ੍ਰੈਸ ਅਤੇ ਉਹ ਜਿਹੜੀ ਹੈ ਕਾਲਕਾ ਸ਼ਿਮਲਾ ਜਿਹੜੀ ਟ੍ਰੇਨ ਹੈ ਨੈਰੋਗੇਜ ਟ੍ਰੇਨ ਹੈ ਉਹ ਸਾਹਮਣੇ ਦਿਖਾਈ ਦੇ ਰਹੀ ਹੈ ਤੁਹਾਨੂੰ। ਲਓ ਦੋਸਤੋ ਇਹ ਦੇਖ ਰਹੇ ਹੋ ਤੁਸੀਂ ਪੁਰਾਣੇ ਰੇਲਵੇ ਦੇ ਬੈਂਚ ਜਿਹੜੇ ਲੱਗੇ ਹੋਏ ਨੇ ਸਟੇਸ਼ਨ 'ਤੇ। ਹੁਣ ਇਹਨਾਂ ਦੀ ਗਿਣਤੀ ਸਿਰਫ 3 ਹੈ। ਬਾਕੀ ਜਿਹੜੇ ਨਵੇਂ ਕਿਸਮ ਦੇ ਬੈਂਚ ਇਹਨਾਂ ਨੂੰ ਜਗ੍ਹਾ ਲੈ ਰਹੀ ਹੈ ਪਰ ਇਹਨਾਂ ਦੀ ਖੂਬਸੂਰਤੀ ਅਜੇ ਵੀ ਬਣੀ ਹੋਈ ਹੈ। ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਲਕਾ ਵਿੱਚ ਹੀ ਨੈਰੋਗੇਜ ਰੇਲਵੇ ਸ਼ੈੱਡ ਹੈ ਜਿੱਥੇ ZDM 3 ਅਤੇ ZDM 5 ਨੈਰੋਗੇਜ ਡੀਜ਼ਲ ਇੰਜਣਾਂ ਦੀ ਸਾਫ ਸੰਭਾਲ ਅਤੇ ਮੁਰੰਮਤ ਦਾ ਕੰਮ ਹੁੰਦਾ ਹੈ। ਕਾਲਕਾ ਰੇਲਵੇ ਸਟੇਸ਼ਨ ਦੀ ਹੱਦ ਤੋਂ ਬਾਹਰ ਦਾਖਲੇ ਵਾਲੇ ਗੇਟ ਕੋਲ ਇੱਕ ਨੈਰੋਗੇਜ ਰੇਲ ਲਾਈਨ ਫਿਰ ਨਜ਼ਰ ਆਉਂਦੀ ਹੈ। ਇਹ ਰੇਲਵੇ ਲਾਈਨ ਤੁਹਾਨੂੰ ਇੱਕ ਵਾਰ ਫਿਰ ਆਕਰਸ਼ਿਤ ਕਰਦੀ ਹੈ। ਦਰਅਸਲ ਇਹ ਯਾਰਡ ਵੱਲ ਜਾਂਦੀ ਹੈ ਜੋ ਅੱਗੋਂ 2 ਲਾਈਨਾਂ ਵਿੱਚ ਤਬਦੀਲ ਹੋ ਜਾਂਦੀ ਹੈ। ਇਸ 'ਤੇ ਖੜ੍ਹੇ ਮਾਲਗੱਡੀ ਦੇ ਕੁਝ ਪੁਰਾਣੇ ਡੱਬੇ ਆਪਣੀਆਂ ਸੇਵਾਵਾਂ ਦੀ ਕਹਾਣੀ ਖੁਦ ਕਹਿੰਦੇ ਨੇ ਜੋ ਉਹਨਾਂ 1 ਸਦੀ ਦੇ ਕਿਸੇ ਹਿੱਸੇ ਵਿੱਚ ਇਸ ਲਾਈਨ 'ਤੇ ਨਿਭਾਈਆਂ ਹਨ। ਇਹ ਕਿਸੇ ਕਬਾੜ ਦਾ ਹਿੱਸਾ ਨਹੀਂ ਬਲਕਿ ਇਸ ਰੇਲ ਮਾਰਗ ਦੇ ਇਤਿਹਾਸ ਦਾ ਹੀ ਹਿੱਸਾ ਹਨ। ਦੋਸਤੋ ਤੁਹਾਡੇ ਕੋਲੋਂ ਵਿਦਾ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫਿਰ ਕਹਿਣਾ ਚਾਹਾਂਗੇ ਕਿ ਇਸ ਮਾਰਗ 'ਤੇ ਸਫ਼ਰ ਕਰਨਾ ਆਪਣੇ ਆਪ ਵਿੱਚ ਇੱਕ ਅਨੋਖਾ ਅਨੁਭਵ ਹੈ ਅਤੇ ਇਸ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ।